ਇਹ ਮੱਥਾ ਲੱਗੀ ਗਈ ਜਨਾਨੀ ਜੀ ਹੁਣ ਤਾਂ ਜਿਹੜਾ ਕੰਮ ਹੋਇਆ ਉਹ ਵੀ ਨਹੀਂ ਹੋਣਾ ਕਿਆ ਮਤਲਬ ਹੈ ਤੁਹਾਡਾ ਕੈਸੇ ਕੋਈ ਕੰਮ ਨਹੀਂ ਹੋਗਾ ਲੜਕੀਆਂ ਇਤਨੀ ਮਨੋਸ ਹੋਤੀ ਹੈ ਹੈ ਹੀ ਮਨੋਸ ਇਹ ਮੂੰਹ ਲੱਗੀ ਜਾਣ ਕੰਮ ਹੀ ਨਹੀਂ ਹੋਣਾ ਓਹੋ ਸਬਰ ਹੈ ਸਬਰ ਲਾਲਾ ਉਹ ਡਾਇਰੈਕਟਰ ਹੋ ਰਾਈਟਰ ਹੋ ਐਕਟਰ ਵੀ ਹੋ ਸਭ ਕੁਝ ਹੋ ਉਹ ਇੱਕੇ ਤੁਸੀਂ ਡਲਾਰੀਆਂ ਮਾਰਾ ਕਰੋ ਹਰ ਉਹ ਸੱਚੀ ਗੱਲਾਂ ਪਰ ਵੀ ਹੋਰ ਕਰਿਆ ਕਰੋ ਉਹ ਇੱਥੇ ਹੈ ਪਹਿਣਾ ਬੱਚੀਆਂ ਇੱਕ ਕਰਾਨੀ ਰੌਣਕਾਂ ਇਹਨਾਂ ਨੇ ਦਮ ਨਾਲ ਘਾਟ ਬਸਣੇ ਇਹ ਨਾ ਹੋਣ ਤਾਂ ਘਾਟ ਉਜਾੜ ਆਈਏ ਸਮਝ ਉਹ ਸੁਰਜੂ ਜਬਾਈ ਮੈਂ ਭਾੜੀ ਜਬਾਈ ਅਲਤਾਫ ਸਿੰਘ ਬਣਾ ਅੰਗਰੇਜ਼ੀ ਸਮਝਾਉਣ ਦੱਸੋ ਕੀ तुम्हारे घर में जो बेटी पैदा हुई वो एक औरत फिर औरत मनहूस कैसे होगी एक मुआशरे को आगे चलाने वाली ही एक औरत है तो फिर वो मनहूस कैसे होगी मैं माफी मांगना अपने सरवैये ते तुसों कोलों ही ते अपने तकने वालियां कोलों ही ਮੇਰੇ ਕੋਲ ਗਲਤੀ ਹੋਏਗੀ ਅਗਰ ਕੋਈ ਭਰਾ ਕੋਈ ਮੇਰੇ ਨਾਲ ਹੈ ਨਾ ਅੱਜ ਉਹ ਵੀ ਯਾਦ ਕਰੇ ਕਿ ਹਮੇਸ਼ਾ ਇਹਨਾਂ ਔਰਤਾਂ ਨੇ ਇੱਜ਼ਤ ਹੀ ਕਰ ਸੀ ਬਿਲਕੁਲ ਕਿਉਂਕਿ ਇਹ ਇੱਜ਼ਤ ਅਸਾਂ ਨੇ ਆਪਣੇ ਪਿਆਰੇ ਆਕਾ ਅਲ ਇਸਲਾਮ ਫਰਮਾਈ ਸੀ ਬਸ ਮੈਂ ਭੁੱਲੀ ਗਿਆ ਸਾਂ ਇਹ ਇਹਨਾਂ ਬੜਿਆ ਬਜ਼ੁਰਗਾਂ ਕਈ ਵਿਚਾਰੇ ਅਨਪੜ੍ਹ ਸਨ ਅਤੇ ਮੈਂ ਤਾਂ ਪੜ੍ਹਿਆ ਲਿਖਿਆ ਸਾਂ ਮੈਂ ਫਿਰ ਵੀ ਭੁੱਲੀ ਗਿਆ ਕਿ ਮੈਂ ਔਰਤ ਕੀ ਮਨਹੂਸ ਸਮਝ ਸਕਿਆ ਨਹੀਂ ਇਹ ਔਰਤ ਮਨਹੂਸ ਨਹੀਂ ਇਹ ਔਰਤ ਠੰਡੀ ਛਾਂ ਹੋਣੀ ਹਾਂ ਕਾਰਨੀ ਰੌਣਕ ਹੋਣੀ ਕਦੇ ਤੀਨੀ ਸ਼ਕਲ ਵਿੱਚ ਕਦੇ ਮਾਂ ਦੀ ਸ਼ਕਲ ਵਿੱਚ ਕਦੇ ਬੀਵੀ ਦੀ ਸ਼ਕਲ ਵਿੱਚ ਕਦੇ ਭੈਣ ਦੀ ਸ਼ਕਲ ਵਿੱਚ ਹਮੇਸ਼ਾ ਇਹਨਾਂ ਦੀ ਇੱਜ਼ਤ ਕਰੇ ਹਾਂ ਇਹ ਤੁਸਾਂ ਮੈਂ ਅੱਜ ਐਦ ਕਰਸਾਂ ਤੁਸਾਂ ਦਾ ਬਹੁਤ ਬਹੁਤ ਸ਼ੁਕਰੀਆ ਗੈਂਤੀ ਸਾਹਿਬ ਤੁਸਾਂ ਦਾ ਬਹੁਤ ਬਹੁਤ ਸ਼ੁਕਰੀਆ ਬਾਦਾ ਦਾ ਕੋਈ ਪੇਸ਼ ਕਰਿਆ ਜਾ ਹਾਂਜੀ ਹਾਂਜੀ ਅੱਲਾਹ